ਹਾਂਜੀ, ਅੱਜ ਤੁਹਾਨੂੰ ਅਸੀਂ ਲੰਗੋਟ ਦੀ ਸਿਲਾਈ ਬਾਰੇ ਦੱਸਾਂਗੇ, ਵੀ ਇਕੱਲੀ ਇਕੱਲੀ ਚੀਜ਼ ਦੱਸਾਂਗੇ ਵੀ ਕਿਵੇਂ ਬਣਾਉਣੀ ਹੈ, ਕਿਵੇਂ ਲੰਗੋਟ ਬਣਦਾ, ਕਿਵੇਂ ਇਹਨੂੰ ਤਿਆਰ ਕੀਤਾ ਜਾਂਦਾ ਹੈ, ਪਹਿਲਾਂ ਕੀ ਚੀਜ਼ ਬਣਾਉਣੀ ਹੈ। ਪਹਿਲਾਂ ਆਪਾਂ ਇਹਦੀਆਂ ਤਣੀਆਂ ਬਣਾਵਾਂਗੇ, ਦੋ ਤਣੀਆਂ ਲੰਗੋਟ ਦੀਆਂ। ਉਸ ਤੋਂ ਬਾਅਦ ਆਪਾਂ ਇਹਦੀ ਪੇਟੀ ਲੇੜਾਂਗੇ, ਉਸ ਤੋਂ ਬਾਅਦ ਆਪਾਂ ਇਹਨੂੰ ਸਾਰੇ ਨੂੰ ਬਣਾਵਾਂਗੇ। ਆਓ ਫਿਰ ਬਣਾਈ। ਹਾਂਜੀ, ਇਹ ਲੀਰ ਆਪਾਂ ਨੇ ਤਣੀਆਂ ਵਾਲੀ ਬਣਾਈ ਹੈ ਜੀ। ਇਹ ਤਣੀ ਨੂੰ ਆਪਾਂ ਪਹਿਲਾਂ ਇਸ ਤਰ੍ਹਾਂ ਮੋੜਾਂਗੇ, ਫਿਰ ਇਸ ਤਰ੍ਹਾਂ, ਉਸ ਤੋਂ ਬਾਅਦ ਇਸ ਤਰ੍ਹਾਂ ਬਣਾ ਕੇ ਆਪਾਂ ਇਹਨੂੰ ਤਣੀ ਬਣਾਵਾਂਗੇ ਇਹਦੀ। ਹੁਣ ਆਪਾਂ ਇਸੇ ਤਰ੍ਹਾਂ ਹੀ ਦੂਜੀ ਤਣੀ ਬਣਾਵਾਂਗੇ। ਹਾਂਜੀ, ਇਹ ਪੇਟੀ ਨੂੰ ਹੁਣ ਆਪਾਂ ਲੇੜਾਂਗੇ। ਇਹਦਾ ਆਹ ਪਾਸਾ ਪੁੱਠਾ, ਇਹਦੇ ਤਿੰਨ ਪਾਸੇ ਆਪਾਂ ਲੇੜਦੇ ਨੇ। ਆਹ ਲੰਗੋਟ ਦੇ ਨਾਲ ਲੱਗੂ ਪਾਸਾ ਅੱਗੇ। ਆਓ ਆਪਾਂ ਇਹਦੀ ਆਪਾਂ ਨੇ ਪੇਟੀ ਵੀ ਲੇੜ ਲਈ ਹੈ ਅਤੇ ਦੋਨੋਂ ਤਣੀਆਂ ਵੀ ਬਣਾ ਲਈਆਂ ਨੇ। ਆਹ ਸਿਲਾਈ ਆਪਣੀ ਝੋਲੀ ਵਾਲੀ ਹੈ, ਚਾਰੋਂ ਤਰਫ ਆਪਾਂ ਘੁਮਾਉਣੇ ਆ। ਇੱਥੇ ਆਪਾਂ ਖਿੱਚ ਲਾਵਾਂਗੇ ਲੀਰ ਦੀ ਧੁਰ ਦੀ ਧੁਰ, ਇੱਥੇ ਆਪਾਂ ਤਣੀ ਨੂੰ ਫਿੱਟ ਕਰਾਂਗੇ। ਆਪਾਂ ਇੱਥੋਂ ਸਿਲਾਈ ਸ਼ੁਰੂ ਕਰਾਂਗੇ ਇਹਦੀ। ਇਹ ਆਪਾਂ ਸਿਲਾਈ ਮਾਰਨੀ ਸ਼ੁਰੂ ਕਰ ਦਿੱਤੀ ਆ, ਸਿੱਧੀ ਸਿਲਾਈ ਹੈ ਜੀ। ਇੱਥੇ ਹੁਣ ਆਪਾਂ ਤਣੀ ਲਾਵਾਂਗੇ ਵਿੱਚ। ਇਹਦੇ ਵਿੱਚ ਆਪਾਂ ਨੇ ਹੁਣ ਇੱਥੇ ਤਣੀ ਲਾਤੀ, ਤਣੀ ਲਾ ਕੇ ਆਪਾਂ ਤਣੀ ਟਪਾ ਕੇ ਰੋਕ ਲੈਤੀ ਆ ਹੁਣ ਆਪਾਂ ਮਸ਼ੀਨ। ਇਹ ਜਿਹੜੀ ਤਣੀ ਆ ਆਪਾਂ ਇਹਨੇ ਵਿੱਚ ਕਰ ਦੇਣੀ ਹੈ ਇਹਦੇ। ਹੁਣ ਜਿਹੜੀ ਸਿਲਾਈ ਆਪਾਂ ਨੇ ਲਾਉਣੀ ਆ ਉਹਦੇ ਉੱਤੇ ਆਪਾਂ ਲੀਰ ਦੀ ਖਿੱਚ ਲਾਵਾਂਗੇ। ਇਹ ਰੇਵ ਹੈ, ਇਹਨੂੰ ਖਿੱਚ ਕੇ ਲਾਉਣੀ ਜੀ ਆਪਾਂ ਨੇ। ਪੂਰੀ ਖਿੱਚ ਕੇ
ਲਾਉਣੀਆਂ ਧੁਰ ਤਿੱਕਰ। ਆਪਾਂ ਇਹਨੂੰ ਉਲਟਾ ਲੈਣਾ ਹੈ ਐਸੇ ਰੋਟੀ। ਆਹ ਦੇਖੋ ਇਹਨੂੰ ਬਿਲਕੁਲ ਆਪਾਂ ਨੇ ਉਲਟਾ ਲਿਆ। ਹੁਣ ਇਹ ਇੱਕ ਸਾਈਡ ਬਣ ਚੁੱਕੀ ਹੈ। ਹੁਣ ਆਪਾਂ ਇਹਦੇ ਉੱਤੇ ਸਿਲਾਈ ਲਾਵਾਂਗੇ ਚਾਰ ਸਫੇਰੇ ਦੇ। ਆਪਾਂ ਦੂਸਰਾ ਪੱਲਾ ਤਿਆਰ ਕਰਨਾ ਹੈ। ਦੂਸਰਾ ਪੱਲਾ ਉਹਦੇ ਨਾਲ ਜੁਆਇੰਟ ਜੋੜ ਕੇ ਤਿਆਰ ਕਰਨਾ ਗਾ। ਆਪਾਂ ਨੇ ਝੋਲੀ ਇਹਦੀ ਕਿਸੇ ਪਾਸੇ ਰੱਖ ਸਕਦੇ ਹਾਂ, ਇੱਧਰਲੀ ਸਾਈਡ ਵੀ ਰੱਖ ਸਕਦੇ ਹਾਂ, ਝੋਲੀ ਇੱਧਰਲੀ ਸਾਈਡ ਵੀ ਰੱਖ ਸਕਦੇ ਹਾਂ, ਕਿਉਂਕਿ ਇਹਦੀਆਂ ਦੋਨੇ ਸਾਈਡਾਂ ਇੱਕੋ ਜਿਹੀਆਂ ਨੇਗੀਆਂ। ਹੁਣ ਆਪਾਂ ਨੇ ਇੱਕ ਪੱਲਾ ਚੱਕ ਲਿਆ, ਇਹਦੇ ਵਿੱਚ ਆਪਾਂ ਦੂਸਰਾ ਪੱਲਾ ਧਰ ਦੇਣਾ ਹੈ। ਇਹਦੇ ਉੱਪਰ ਆਪਾਂ ਨੇ ਆਹ ਪੱਲਾ ਰੱਖ ਲੈਣਾ। ਪਹਿਲਾਂ ਇਹਨੂੰ ਆਪਾਂ ਨੇ ਜੋੜ ਲੈਣਾ, ਫਿਰ ਨਾਲ ਦੀ ਨਾਲ ਸਿਲਾਈ ਘੁਮਾ ਦਿਆਂਗੇ ਇਹਦੇ ਉੱਤੋਂ ਦੀ। ਪਹਿਲਾਂ ਵਾਂਗੂ ਹੀ ਇਹਦੇ 'ਤੇ ਕੰਨੀ ਰੱਖਣੀ ਹੈ। ਆਹ ਪੱਲੇ ਨੂੰ ਆਪਾਂ ਨੇ ਅੰਦਰ ਕਰ ਦੇਣਾ। ਆਪਾਂ ਨੇ ਉਹਨੇ ਹੀ ਖਿੱਚ ਕੇ ਕੰਨੀ ਲਾਉਣੀ ਹੈ। ਆਪਾਂ ਨੇ ਨੀਰ ਨੂੰ ਕੱਟ ਦਿੱਤਾ। ਹੁਣ ਆਪਾਂ ਨੇ ਜਿਵੇਂ ਪਹਿਲਾਂ ਤਣੀ ਰੱਖੀ ਸੀ ਵਿੱਚ, ਉਵੇਂ ਹੀ ਤਣੀ ਰੱਖ ਦੇਣੀ ਹੈ। ਹੁਣ ਆਪਾਂ ਇਹਨੂੰ ਤਣੀ ਨੂੰ ਦੋਨੇ ਤਣੀਆਂ ਨੂੰ ਆਪਾਂ ਨੇ ਵਿੱਚ ਕਰ ਦੇਣਾ। ਇੱਥੋਂ ਤੱਕ ਸਿਲਾਈ ਲਿਆਉਣੀ, ਇੱਥੋਂ ਪੱਕਾ ਕਰਕੇ ਇਹਨੂੰ ਕੱਢ ਲੈਣਾ। ਉਸ ਤੋਂ 4-5 ਇੰਚ ਦਾ ਗੈਪ ਛੱਡ ਕੇ ਸਿਲਾਈ ਫੇਰ ਲਾਉਣੀ ਹੈ।
ਆਹ ਚੀਜ਼ ਛੱਡੀ ਹੈ ਇਹਨੂੰ ਇਹਦੇ ਰਾਹੀਂ ਉਲਟਾ ਲੈਣਾ ਇਹਨੇ। ਇਹ ਉੱਠ ਚੁੱਕਿਆ ਤਾਂ ਹੁਣ ਆਪਾਂ ਇਹਦੀ ਸਿਲਾਈ ਉਰੋਂ ਸ਼ੁਰੂ ਕਰਾਂਗੇ ਜਿਵੇਂ ਆਪਾਂ ਝੋਲੀ ਵਾਲੀ ਸਿਲਾਈ ਦੱਬਦੇ ਹੁੰਦੇ ਹਾਂ ਇੱਥੋਂ ਦੀ ਘੁੰਮਦੇ ਹੋਏ ਅੱਗੇ ਇੱਥੇ ਫਿਰ ਛੱਡ ਦੇਣੀ ਆਪਾਂ। ਇੱਥੇ ਜਿਹੜਾ ਆਪਣੇ ਆਹ ਉਲਟਾਉਣ ਵਾਸਤੇ ਮੂੰਹ ਰੱਖਿਆ ਸੀਗਾ ਉਹਨੂੰ ਹੁਣ ਆਪਾਂ ਬੰਦ ਕਰ ਦਿਆਂਗੇ। ਸਿਲਾਈ ਲੱਗ ਚੁੱਕੀ ਹੈ ਹੁਣ ਇਸ ਤੋਂ ਬਾਅਦ ਆਪਾਂ ਆ ਪੇਟੀ ਜਿਹੜੀ ਬਣਾਈ ਸੀਗੀ ਪੇਟੀ ਲਾਵਾਂਗੇ। ਪੇਟੀ ਕਿਸ ਤਰ੍ਹਾਂ ਲਾਉਣੀ ਹੈ? ਪਹਿਲਾਂ ਪੇਟੀ ਨੂੰ ਇਸ ਤਰ੍ਹਾਂ ਮੋੜ ਕੇ ਵਿਚਾਲਾ ਕਰਕੇ ਇਹਦੇ ਉੱਤੇ ਟੋਕ ਲਾ ਲੈਣੀ ਹੈ। ਹੁਣ ਇਹ ਪੇਟੀ ਹੈ ਜਿਹੜੀ ਇਹ ਪੇਟੀ ਇਸ ਤਰ੍ਹਾਂ ਇੱਥੇ ਆਪਾਂ ਫਿੱਟ ਕਰਨੀ ਹੈ। ਆਹ ਚੀਜ਼ ਇਹਨੂੰ ਆਪਾਂ ਸਿੱਧੇ ਪਾਸੇ ਧਰਾਂਗੇ ਸਿੱਧੇ ਨਾਲ ਸਿੱਧਾ ਜੋੜਾਂਗੇ। ਆਹ ਟੋਕ ਤੋਂ ਆਹ ਸਿਉਣ ਨਾਲ ਮਿਲਿਆ ਲੈਣਾ ਪ੍ਰੋਪਰ ਵੀ ਜਿੰਨਾ ਇੱਥੇ ਇਹ ਸਿਉਣ ਦੇ ਵਿੱਚ ਆ ਜਾਵੇ ਅਤੇ ਇੱਧਰੋਂ ਵੀ ਦੋਨੇ ਸਾਈਡਾਂ ਇੰਨੀਆਂ ਨੇ ਆਪਣੇ ਕੱਟ ਦੇਣੀਆਂ ਨੇ। ਜਿਹੜੀ ਆਹ ਚੀਜ਼ ਥੱਲੜੀ ਹੈ ਇਹਨੂੰ ਸਿੱਧੇ ਪਾਸੇ ਜੇ ਆਪਾਂ ਨੇ ਦੱਬ ਲਿਆ ਹਾਂਜੀ ਇਹ ਲੰਗੋਟ ਬਣ ਕੇ ਤਿਆਰ ਹੋ ਗਿਆ ਜੀ।